ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਰੱਬ ਸਾਡੀ ਸਾਰਿਆਂ ਦੀ ਰੱਖਿਆ ਕਰਦਾ ਹੈ, ਰੱਬ ਰਾਖਾ ਹੈ, ਇਸ ਵਿਸ਼ੇ 'ਤੇ ਆਪਾਂ ਵਿਚਾਰ ਕਰਾਂਗੇ। ਸਾਡੇ ਅਗਿਆਨੀ ਪ੍ਰਚਾਰਕਾਂ ਨੇ ਬਾਰ ਬਾਰ ਸਾਡੇ ਮਨਾਂ 'ਚ ਇਹ ਗੱਲ ਬਿਠਾ ਦਿੱਤੀ ਹੈ ਕਿ ਰੱਬ ਬੌੜੀ ਕਰੇਗਾ, ਰੱਬ ਤੁਹਾਨੂੰ ਬਚਾਵੇਗਾ, ਰੱਬ ਤੁਹਾਡੀ ਰਾਖੀ ਕਰੇਗਾ, ਸਾਂਸ ਸਾਂਸ ਪਰਮਾਤਮਾ ਤੁਹਾਡੇ ਨਾਲ ਹੈ, ਕਿਤੇ ਤੁਹਾਡੇ ਮੋਢਿਆਂ 'ਤੇ ਬੈਠਾ ਹੈ। ਬਹੁਤ ਕੁਝ ਸਾਨੂੰ ਇਹੋ ਜਿਹੇ ਅਣਜਾਣ ਪ੍ਰਚਾਰਕਾਂ ਨੇ ਸੁਣਾਇਆ ਹੈ ਅਤੇ ਅਸੀਂ ਅਗਿਆਨਤਾ ਵੱਸ ਉਹਨੂੰ ਬਹੁਤ ਸਾਰੇ ਨੂੰ ਸੱਚ ਮੰਨ ਲਿਆ ਹੈ। ਜਦੋਂ ਕਿਤੇ ਕੋਈ ਨੁਕਸਾਨ ਹੋ ਜਾਂਦਾ, ਆਮ ਤੌਰ 'ਤੇ ਆਪਾਂ ਇਹ ਮੰਨ ਲੈਂਦੇ ਹਾਂ ਕਿ ਰੱਬ ਸ਼ਾਇਦ ਸਾਡੀ ਰਾਖੀ ਕਰਨ ਤੋਂ ਖੁੰਝ ਗਿਆ, ਰੱਬ ਨੇ ਸਾਡੀ ਰਾਖੀ ਨਹੀਂ ਕੀਤੀ, ਅਸੀਂ ਰੱਬ ਦਾ ਨਾਮ ਨਹੀਂ ਜਪਿਆ, ਅਸੀਂ ਕਿਸੇ ਭਾਈ ਦੇ ਪੁਜਾਰੀ ਦੇ ਆਖੇ ਜੋ ਗੱਲਾਂ ਸੁਣੀਆਂ ਸੀ ਉਹਨਾਂ ਨੂੰ ਪੂਰੀਆਂ ਨਹੀਂ ਕੀਤਾ, ਸਾਡੇ ਵਿੱਚ ਕਿਤੇ ਕਮੀ ਰਹਿ ਗਈ ਤਾਂ ਰੱਬ ਨੇ ਸਾਡਾ ਨੁਕਸਾਨ ਕਰ ਦਿੱਤਾ। ਜੇ ਕਿਤੇ ਇਹ ਗੱਲਾਂ ਸੱਚ ਨੇ ਤਾਂ ਫਿਰ ਤਾਂ ਸਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ, ਰੱਬ ਹੀ ਸਾਰਾ ਕੁਝ ਕਰੇਗਾ। ਪਰ ਕਦੀ ਧਿਆਨ ਮਾਰ ਕੇ ਵੇਖੋ, ਇਹ ਸੂਰਜ, ਚੰਦ, ਧਰਤੀ, ਅੱਗ, ਹਵਾ, ਪਾਣੀ, ਗੁਰਬਾਣੀ ਦੇ ਵਿੱਚ ਇਹ ਚੀਜ਼ਾਂ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਦਰਜ ਕੀਤੀਆਂ ਹੋਈਆਂ ਨੇ ਕਿ ਆਪਣੀ ਜ਼ਿੰਮੇਵਾਰੀ ਸਾਰੀਆਂ ਚੀਜ਼ਾਂ ਨਿਭਾ ਰਹੀਆਂ ਨੇ। ਭੈ ਵਿੱਚ ਅਗਨ ਬਹਿ ਸਦਬਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਅਗਨ ਕੱਢੇ ਬੇਗਾਰ, ਬਹੁਤ ਸਾਰੇ ਕੰਮ ਜਿਹੜੇ ਕਿ ਸ੍ਰਿਸ਼ਟੀ ਦੇ ਵਿੱਚ ਆਪਣੇ ਆਪ ਕੁਦਰਤੀ ਨਿਯਮ ਦੇ ਮੁਤਾਬਕ ਹੋ ਰਹੇ ਨੇ, ਉਹਨਾਂ ਦਾ ਜ਼ਿਕਰ ਗੁਰਬਾਣੀ 'ਚ ਮੌਜੂਦ ਹੈ। ਅਤੇ ਫਿਰ ਅਸੀਂ ਆਪਣੇ ਸਰੀਰ ਦੀ ਸੰਭਾਲ ਆਪ ਕਰਨੀ ਹੈ। ਇਹ ਸਰੀਰ ਕੁਦਰਤ ਦੇ ਨਿਯਮ ਦੇ ਵਿੱਚ ਸਾਨੂੰ ਮਿਲ ਗਿਆ, ਪਰ ਇਹਦੀ ਸੰਭਾਲ ਅਸੀਂ ਆਪ ਕਰਨੀ ਹੈ। ਜਦੋਂ ਸੰਭਾਲਣ ਯੋਗੇ ਹੋ ਗਏ, ਪਹਿਲਾਂ ਇਹਦੀ ਸੰਭਾਲ ਮਾਤਾ ਪਿਤਾ ਕਰਦੇ ਨੇ। ਉਪਰੰਤ ਜੇ ਕੋਈ ਬਿਮਾਰੀ ਆਉਂਦੀ ਹੈ ਤਾਂ ਕੀ ਅਸੀਂ ਮੰਨ ਲਈਏ ਕਿ ਅਸੀਂ ਆਪਣੀ ਬਿਮਾਰੀ ਦਾ ਇਲਾਜ ਨਹੀਂ ਕਰਵਾਉਣਾ, ਡਾਕਟਰ ਕੋਲ ਜਾਣ ਦੀ ਕੀ ਲੋੜ ਹੈ, ਉਹ ਰੱਬ ਸਾਡੀ ਆਪੀ ਸੰਭਾਲ ਕਰੇਗਾ। ਜੇ ਕਿਤੇ ਹੜ੍ਹ ਆਉਂਦੇ ਨੇ ਤਾਂ ਹੜ੍ਹਾਂ ਦੇ ਵਿੱਚ ਸਾਨੂੰ ਚੰਗੇ ਘਰ ਬਣਾਉਣ ਦੀ ਫਿਰ ਲੋੜ ਨਹੀਂ, ਜਾਂ ਫਿਰ ਕਿਸ਼ਤੀਆਂ ਆਦਿਕ ਬਣਾਉਣ ਦੀ ਲੋੜ ਨਹੀਂ, ਜਾਂ ਹੜ੍ਹਾਂ ਦੇ ਹੋਰ ਬਚਾਅ ਦੇ ਜਿਹੜੇ ਸਾਧਨ ਨੇ ਹੈਲੀਕਾਪਟਰ ਆਦਿਕ ਦੇ ਨਾਲ ਉਹਨਾਂ ਥਾਵਾਂ ਤੋਂ ਲੋਕਾਂ ਨੂੰ ਮੁਸੀਬਤਾਂ ਦੇ ਵਿੱਚ ਫਸੇ ਹੋਇਆਂ ਨੂੰ ਕੱਢਿਆ ਜਾਂਦਾ, ਫਿਰ ਤਾਂ ਉਹਦੀ ਜ਼ਰੂਰਤ ਹੀ ਨਹੀਂ। ਜਦੋਂ ਹੜ੍ਹਾਂ ਦੇ ਮਾਰੇ ਲੋਕ ਭੁੱਖੇ ਮਰਦੇ ਨੇ, ਸਭ ਕੁਝ ਉਜੜ ਜਾਂਦਾ, ਉਹਨਾਂ ਨੂੰ ਖਾਣਾ ਦੇਣ ਦੀ ਲੋੜ ਨਹੀਂ, ਕਿਉਂਕਿ ਤਾਂ ਰੱਬ ਨੇ ਹੜ੍ਹ ਭੇਜਿਆ ਅਤੇ ਆਪ ਹੀ ਰੱਬ ਜ਼ਿੰਮੇਵਾਰ ਹੈ। ਸਾਨੂੰ ਤਾਂ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਨ ਦੀ ਜ਼ਰੂਰਤ ਹੀ ਨਹੀਂ। ਤਾਂ ਜੇ ਰੱਬ ਸਾਰਾ ਕੁਝ ਕਰਦਾ, ਸਾਨੂੰ ਤਾਂ ਘਰਾਂ ਦੇ ਵਿੱਚ ਜੇ ਸਰਦੀ ਹੈ ਤਾਂ ਹੀਟਰ ਲਾਉਣ ਦੀ ਲੋੜ ਨਹੀਂ ਹੈ, ਅਤੇ ਜੇ ਗਰਮੀ ਹੈ ਤਾਂ ਪੱਖੇ, ਏਸੀ, ਕੂਲਰ ਲਾਉਣ ਦੀ ਲੋੜ ਨਹੀਂ, ਕਿਉਂਕਿ ਰੱਬ ਆਪ ਹੀ ਸਾਰਾ ਕੁਝ ਕਰ ਰਿਹਾ, ਸਾਨੂੰ ਕੀ ਜ਼ਰੂਰਤ ਹੈ ਕਰਨ ਦੀ। ਇਸੇ ਤਰ੍ਹਾਂ ਜੇ ਸਾਡੀਆਂ ਫਸਲਾਂ ਬਰਬਾਦ ਹੁੰਦੀਆਂ ਨੇ, ਉੱਤੇ ਕੀੜੇ ਮਾਰ ਦਵਾਈਆਂ ਛਿੜਕਣ ਦੀ ਲੋੜ ਹੀ ਨਹੀਂ ਹੈ, ਅਤੇ ਫਸਲਾਂ ਦੀ ਰਾਖੀ ਕਰਨ ਦੀ ਲੋੜ ਹੀ ਨਹੀਂ ਹੈ, ਫਿਰ ਤਾਂ ਰੱਬ ਆਪੇ ਰਾਖੀ ਕਰੇਗਾ। ਗੁਰੂ ਪਿਆਰ ਵਾਲਿਓ, ਅਸੀਂ ਗੱਡੀਆਂ ਮੋਟਰਾਂ ਚਲਾਉਂਦੇ ਹਾਂ, ਐਕਸੀਡੈਂਟ ਹੁੰਦੇ ਨੇ ਤਾਂ ਕੀ ਆਪਾਂ ਮੰਨ ਲਈਏ ਕਿ ਐਕਸੀਡੈਂਟ ਰੱਬ ਨੇ ਕਰਵਾਏ ਨੇ? ਅਤੇ ਅਸੀਂ ਸੜਕਾਂ ਦੇ ਨਿਯਮ ਸਾਵਧਾਨੀ ਦੇ ਨਾਲ ਨਹੀਂ ਅਪਣਾਉਣੇ ਕਿ ਕੀ ਅਸੀਂ ਆਪਣੇ ਆਪ ਨੂੰ ਬਚਾਉਣਾ ਨਹੀਂ ਚਾਹੁੰਦੇ, ਰੱਬ 'ਤੇ ਹੀ ਸਾਰਾ ਕੁਝ ਛੱਡ ਦੇਵਾਂਗੇ? ਜੇ ਇਸ ਤਰ੍ਹਾਂ ਸੋਚਾਂਗੇ ਤਾਂ ਅੱਜ ਤੱਕ ਅਸੀਂ ਜਿਹੜੇ ਜਿਉਂਦੇ ਹਾਂ ਇਹ ਰੱਬ ਨੇ ਨਹੀਂ ਬਚਾਇਆ, ਬਲਕਿ ਮਨੁੱਖਾਂ ਨੇ, ਨਿਯਮ ਨੇ, ਕਾਨੂੰਨਾਂ ਨੇ ਬਚਾਇਆ। ਉਹਨਾਂ ਢੰਗਾਂ ਨੂੰ ਅਪਣਾ ਕੇ ਅਸੀਂ ਜੀਵਿਤ ਰਹੇ ਹਾਂ। ਜੇ ਸਭ ਕੁਝ ਰੱਬ 'ਤੇ ਛੱਡ ਦੇਵਾਂਗੇ ਫਿਰ ਤਾਂ ਲੰਮੇ ਪੈ ਜਾਓ, ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਹੈ। ਭਾਵੇਂ ਬਰਫ਼ ਪਵੇ, ਭਾਵੇਂ ਅੱਗ ਲੱਗੇ, ਅਤੇ ਭਾਵੇਂ ਕਿੰਨੀ ਗਰਮੀ ਆਵੇ, ਮਕਾਨ ਤੱਕ ਬਣਾਉਣ ਦੀ ਲੋੜ ਨਹੀਂ, ਕੱਪੜੇ ਪਹਿਨਣ ਦੀ ਲੋੜ ਨਹੀਂ, ਇਹ ਜਿਹੜੀਆਂ ਜ਼ਿੰਦਗੀ ਦੀਆਂ ਹੋਰ ਸੁੱਖ ਸਹੂਲਤਾਂ ਨੇ ਇਹਨਾਂ ਦੀ ਲੋੜ ਨਹੀਂ, ਫਿਰ ਤਾਂ ਰੱਬ ਸਾਰਾ ਕੁਝ ਆਪ ਹੀ ਕਰੇਗਾ ਜਿਹੜਾ ਕੁਝ ਉਹਦੇ ਕਰਨਾ ਹੈ। ਜਿੰਨਾ ਕੁ ਪਸ਼ੂ ਜਿਉਂਦੇ ਨੇ, ਜਿੰਨਾ ਕੁ ਪਸ਼ੂਆਂ ਨੂੰ ਅਕਲ ਹੈ, ਉਹ ਵੀ ਆਪਣੀ ਹਿੰਮਤ ਹੌਸਲੇ ਨਾਲ ਪੇਟ ਭਰਦੇ ਨੇ, ਆਪਣੀ ਜਾਨ ਬਚਾਉਂਦੇ ਨੇ, ਤਾਂ ਉਨਾ ਚਿਰ ਉਹ ਬਚੇ ਰਹਿੰਦੇ ਨੇ। ਰੱਬ ਤਾਂ ਪਸ਼ੂਆਂ ਦੀ ਵੀ ਰਾਖੀ ਨਹੀਂ ਕਰਦਾ, ਜਿਹੜੇ ਪਸ਼ੂ ਕਮਜ਼ੋਰ ਨੇ ਉਹ ਮਾਰੇ ਜਾਂਦੇ ਨੇ, ਅਤੇ ਤਾਕਤਵਰ ਸ਼ਿਕਾਰੀ ਪਸ਼ੂ ਦੂਜਿਆਂ ਨੂੰ ਮਾਰ ਕੇ ਖਾ ਜਾਂਦੇ ਨੇ। ਤਾਂ ਅਸੀਂ ਆਪਣੇ ਘਰਾਂ ਦੇ ਵਿੱਚ ਤਾਲੇ ਫਿਰ ਨਾ ਲਾਈਏ। ਘਰਾਂ 'ਚ ਅੱਜ ਕੱਲ੍ਹ ਤਾਂ ਬਹੁਤ ਥਾਵਾਂ 'ਤੇ, ਸਾਂਝੀਆਂ ਥਾਵਾਂ 'ਤੇ ਕੈਮਰੇ ਲੱਗ ਚੁੱਕੇ ਨੇ, CCTV ਕੈਮਰੇ ਨੇ, ਉਹ ਕਿਸੇ ਵੀ ਨੁਕਸਾਨ ਦੀ ਭਰਪੂਰਤੀ ਵਾਸਤੇ ਫੋਟੋ ਖਿੱਚ ਲੈਂਦੇ ਨੇ, ਉਹਨਾਂ ਨਾਲ ਬਹੁਤ ਸਾਰੇ ਵੱਡੇ ਵੱਡੇ ਕੇਸ ਸੁਲਝ ਜਾਂਦੇ ਨੇ, ਪਤਾ ਲੱਗ ਜਾਂਦਾ ਕਿ ਇਹ ਕਾਰਵਾਈ ਕਿਹਨੇ ਮਾੜੇ ਬੰਦੇ ਨੇ ਕੀਤੀ ਹੈ। ਅਤੇ ਜੇ ਕਿਤੇ ਅਸੀਂ ਇਹੋ ਹੀ ਆਖੀ ਜਾਈਏ ਕਿ ਰੱਬ ਸਾਡੀ ਰਾਖੀ ਕਰੂਗਾ, ਫਿਰ ਤਾਂ ਤਾਲੇ ਲਾਉਣ ਦੀ, ਚੰਗੇ ਘਰ ਬਣਾਉਣ ਦੀ ਜਾਂ ਕੈਮਰੇ ਲਾਉਣ ਦੀ ਲੋੜ ਹੀ ਨਹੀਂ ਹੈ। ਤਾਂ ਬੈਂਕਾਂ ਦੇ ਵਿੱਚ ਅਤੇ ਹੋਰ ਮਹੱਤਵਪੂਰਨ ਥਾਵਾਂ 'ਤੇ ਚੰਗੇ ਮਜ਼ਬੂਤ ਹਥਿਆਰਬੰਦ ਪਹਿਰੇਦਾਰ ਰੱਖੇ ਜਾਂਦੇ ਨੇ, ਫਿਰ ਤਾਂ
ਇਹ ਪਹਿਰੇਦਾਰ ਰੱਖਣ ਦੀ ਲੋੜ ਹੀ ਨਹੀਂ ਅਤੇ ਆਪ ਹੀ ਰੱਬ ਰਾਖੀ ਕਰੇਗਾ। ਜਦੋਂ ਦੁਨੀਆ ਦੇ ਵਿੱਚ ਜੰਗਾਂ ਲੱਗਦੀਆਂ ਨੇ ਉਹਨਾਂ ਜੰਗਾਂ ਦੇ ਵਿੱਚ ਲੱਖਾਂ ਲੋਕ ਮਾਰੇ ਜਾਂਦੇ ਨੇ, ਐਟਮ ਬੰਬਾਂ ਦੀ ਵਰਤੋਂ ਕੀਤੀ ਜਾਂਦੀ ਹੈ, ਤੋਪਾਂ ਮਜ਼ਾਈਲਾਂ ਰਾਕਟ ਦਾਗੇ ਜਾਂਦੇ ਨੇ ਅਤੇ ਚਾਰੇ ਪਾਸੇ ਤਬਾਹੀ ਮੱਚ ਜਾਂਦੀ ਹੈ, ਅਤੇ ਕੀ ਉਹ ਵੀ ਸਾਰਾ ਕੁਝ ਰੱਬ ਕਰਦਾ? ਉਹ ਵੀ ਬਾਅਦ ਦੇ ਵਿੱਚ ਕਿਸੇ ਨੂੰ ਕਸੂਰਵਾਰ ਮੰਨਿਆ ਜਾਂਦਾ ਕਿ ਫਲਾਣੇ ਪ੍ਰਧਾਨ ਮੰਤਰੀ ਜਾਂ ਉਸ ਦੇਸ਼ ਦੇ ਰਾਸ਼ਟਰਪਤੀ ਨੇ ਪਹਿਲਾਂ ਵਧੀਕੀ ਕੀਤੀ ਹੈ, ਉਹਨੂੰ ਸਬਕ ਸਿਖਾਉਣ ਵਾਸਤੇ ਦੂਜੀ ਧਿਰ ਨੇ ਉਹਦੇ 'ਤੇ ਹਮਲਾ ਕੀਤਾ, ਅਤੇ ਬਾਅਦ ਦੇ ਵਿੱਚ ਦੋਵੇਂ ਧਿਰਾਂ ਤਿੰਨ ਧਿਰਾਂ ਰਾਜੇ ਮਹਾਰਾਜੇ ਜਾਂ ਮੰਤਰੀ ਪ੍ਰਧਾਨ ਮੰਤਰੀ ਰਲ ਕੇ ਵਿਚਾਰਾਂ ਕਰਦੇ ਨੇ, ਉਸ ਮਸਲੇ ਨੂੰ ਹੱਲ ਕਰਦੇ ਨੇ। ਜੇ ਲੜਾਈ ਆਪ ਪਹਿਲਾਂ ਲਾ ਲਈ ਹੈ ਤਾਂ ਉਹਨੂੰ ਬੰਦ ਵੀ ਆਪ ਹੀ ਕਰਨਾ ਪਵੇਗਾ। ਰੱਬ ਪਹਿਲਾਂ ਲੜਾਈ ਲਾਉਣ ਕਦੇ ਨਹੀਂ ਆਇਆ ਅਤੇ ਉਹਨੂੰ ਬੰਦ ਕਰਾਉਣ ਸੁਲ੍ਹਾ ਸਫਾਈ ਕਰਾਉਣ ਵੀ ਕਦੇ ਨਹੀਂ ਆਇਆ। ਇਸ ਧਰਤੀ ਦੇ ਉੱਤੇ ਜੋ ਕੁਝ ਹੋ ਰਿਹਾ, ਧਰਤੀ ਦਾ ਬਾਦਸ਼ਾਹ ਮਨੁੱਖ ਨੂੰ ਗੁਰਬਾਣੀ ਨੇ ਆਖਿਆ, ਤੁਸੀਂ ਆਪਣੇ ਜਿਉਣ ਦੇ, ਆਪਣੇ ਵਸਣ ਦੇ, ਆਪਣੇ ਦੁੱਖ ਸੁੱਖ ਦੇ, ਜੰਗ ਯੁੱਧ ਦੇ, ਅਮਨ ਸ਼ਾਂਤੀ ਦੇ, ਇਹ ਸਾਰੇ ਫੈਸਲੇ ਤੁਸੀਂ ਆਪ ਕਰਨੇ ਨੇ। ਗੁਰੂ ਪੈਰ ਵਾਲਿਓ, ਰੱਬ ਸਾਡੀ ਸੰਭਾਲ ਕਰਦਾ ਕੁਦਰਤੀ ਨਿਯਮ ਦੇ ਮੁਤਾਬਕ, ਸਾਡਾ ਸਰੀਰ ਚੱਲਦਾ ਪਰ ਸੰਭਾਲ ਇਹਦੀ ਅਸੀਂ ਆਪ ਕਰਨੀ ਹੈ, ਅਤੇ ਧਰਮ ਦੀ ਰਾਖੀ ਅਸੀਂ ਕਰਦੇ ਹਾਂ, ਧਰਮ ਸਾਡੀ ਰਾਖੀ ਨਹੀਂ ਕਰਦਾ। ਕਿਉਂ? ਕਿਉਂਕਿ ਧਰਮ ਸਾਨੂੰ ਨਿਯਮ ਸਿਖਾਉਂਦਾ ਕਿ ਜ਼ਿੰਦਗੀ ਕਿਵੇਂ ਜਿਉਣੀ ਹੈ, ਉਹਨਾਂ ਨਿਯਮਾਂ ਦੇ ਅਧੀਨ ਅਸੀਂ ਚੱਲਦੇ ਹਾਂ ਅਤੇ ਆਪਣੇ ਧਰਮ ਦੇ ਨਿਯਮਾਂ ਨੂੰ ਅੱਗੇ ਵਧਾਉਂਦੇ ਹਾਂ, ਆਪਣੇ ਭੈਣਾਂ ਭਾਈਆਂ ਦੀ ਆਪਾਂ ਰਾਖੀ ਕਰਦੇ ਹਾਂ। ਇਹ ਸਾਰਾ ਕੁਝ ਆਪਾਂ ਨੇ ਸਮਝਣਾ, ਇਹਨਾਂ ਕਾਨੂੰਨਾਂ ਨੂੰ ਸਮਝੋ, ਆਪਣੇ ਹੱਥੀਂ ਆਪਣੇ ਸਾਰੇ ਕੰਮ ਕਰੋ। ਗੁਰਬਾਣੀ ਤਾਂ ਸਾਨੂੰ ਸਾਫ਼ ਕਹਿ ਰਹੀ ਹੈ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸੰਵਾਰਨਾ। ਅਤੇ ਫਿਰ ਗੁਰਬਾਣੀ ਇਹ ਵੀ ਕਹਿੰਦੀ ਹੈ, ਜਿਹਾ ਬੀਜੈ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਲੋੜੈ ਦਾਖ ਬਿਜੌੜੀਆਂ, ਕਿੱਕਰ ਬੀਜੈ ਜੱਟ, ਹੰਡੈ ਉੱਨ ਕਤਾਏ ਦਾ, ਪੈਦਾ ਲੋੜੈ ਪੱਟ। ਇੱਥੋਂ ਤੱਕ ਗੁਰਬਾਣੀ 'ਚ ਲਿਖਿਆ ਮਿਲਦਾ, ਬੇੜਾ ਬੰਧ ਨਾ ਸਕਿਓ, ਬੰਧਨ ਕੀ ਬੇਲਾ, ਪਰ ਸਰਬਰ ਜਬ ਉਛਲੈ ਤਬ ਤਰਨ ਦੁਹੇਲਾ। ਆਪਣੀ ਜ਼ਿੰਦਗੀ ਦਾ ਪਹਿਲਾਂ ਫੈਸਲਾ ਕਰਨਾ ਕਿ ਮੈਂ ਕਿਵੇਂ ਜਿਉਣਾ, ਕਿਵੇਂ ਸਮਾਜ ਦੇ ਵਿੱਚ ਰਹਿਣਾ ਅਤੇ ਕਿਵੇਂ ਆਪਣਾ ਅਤੇ ਲੋਕਾਂ ਦਾ ਭਲਾ ਕਰਨਾ। ਅਤੇ ਇਹ ਸਾਰੇ ਕਾਰਜ ਮਨੁੱਖ ਨੇ ਆਪ ਆਪਣੇ ਅੰਦਰ ਹਿੰਮਤ, ਹੌਸਲਾ ਅਤੇ ਅਕਲ ਪੈਦਾ ਕਰਕੇ ਆਪ ਕਰਨੇ ਨੇ। ਜੇ ਰੱਬ 'ਤੇ ਸਾਰਾ ਕੁਝ ਛੱਡ ਦਿਓਗੇ ਤਾਂ ਪਸ਼ੂਆਂ ਵਰਗੀ ਜ਼ਿੰਦਗੀ ਹੋ ਜਾਵੇਗੀ। ਇਹ ਸੁੱਖ ਸਹੂਲਤਾਂ, ਇਹ ਅਮਨ ਸ਼ਾਂਤੀ, ਇਹ ਕਾਨੂੰਨ ਫਿਰ ਇਹ ਸਾਨੂੰ ਨਹੀਂ ਮਿਲਣਗੇ। ਆਪਣੀ ਰਾਖੀ ਵਾਸਤੇ ਆਪ ਤਿਆਰ ਹੋਣਾ ਅਤੇ ਗੁਰੂ ਸਾਹਿਬ ਨੇ ਸਾਨੂੰ ਤਿਆਰ ਬਰ ਤਿਆਰ ਹਿੰਮਤ ਹੌਸਲੇ ਵਾਲੇ ਅਕਲਵੰਦ ਇਨਸਾਨ ਬਣਾਉਣ ਦਾ ਗੁਰਬਾਣੀ ਰਾਹੀਂ ਉਪਰਾਲਾ ਕੀਤਾ ਹੈ। ਇਤਨੇ ਕੁ ਬਚਨ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।